पाजी पाजी इधर ਮਦਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਮਿੱਤਰ ਕੌਰ ਕਿੱਥੇ ਰਹਿੰਦੇ ਹੋ ਅਸੀਂ ਦੁਖਨਵਾ ਸਾਹਿਬ ਗੁਰਦੁਆਰੇ ਕੁਆਟਰਾਂ ਚ ਹਾਂਜੀ ਕੁਆਟਰਾਂ ਕੀ ਵਾਕਿਆ ਹੋਇਆ ਰਾਤ ਨੂੰ ਰਾਤੀ ਭਾਜੀ ਸਾਨੂੰ ਕੋਈ ਪਤਾ ਨਹੀਂ ਲੱਗਾ ਅਸੀਂ ਤਾਂ ਅੰਦਰ ਸੀ ਤੇ ਰੋਟੀ ਖਾਣ ਡੇ ਸੀ ਤੇ ਉਦੋਂ ਪਤਾ ਲੱਗਾ ਜਦੋਂ ਮਾਰ ਕੇ ਤੁਰ ਗਏ ਤੇ ਇਹ ਕਿਆ ਕਰ ਕੋਈ ਰਿਸ਼ਤੇਦਾਰ ਆਇਆ ਕੋਈ ਤੇ ਇੱਥੇ ਗੱਡੀ ਖਲਾਰੀ ਉਹਨੇ ਗੱਡੀ ਖਲਾ ਕੇ ਉੱਪਰ ਚੜ ਗਿਆ ਇਕੱਲਾ ਹੀ ਬੰਦਾ ਸੀ ਇਕੱਲਾ ਬੰਦਾ ਆਇਆ ਸੀ ਇਕੱਲਾ ਬੰਦਾ ਸੀ ਤੇ ਦੋ ਜਣੇ ਉੱਤੇ ਸੀ ਮਾਂ ਪੁੱਤਰ ਰਹਿੰਦੇ ਸੀ ਤੇ ਜਿਹੜੇ ਸਾਡੇ ਨਾਲ ਦੇ ਕੁਆਟਰ ਵਾਲੇ ਨੇ ਚੁੱਕਚੂ ਮਾਰ ਦਿੱਤਾ ਖਰੇ ਦੋਵਾਂ ਦੇ ਅਤੇ ਮਾਂ ਵੀ ਵਿਚਾਰੀ ਬੈਠਦੇ ਪਈ ਸੀ ਉਹ ਵੀ ਪਈ ਸੀ ਅਤੇ ਉਹਨਾਂ ਨੇ ਫਿਰ ਪੁਲਿਸ ਵਾਲੇ ਆਏ ਨੇ ਅਤੇ ਉਹ ਫਿਰ ਲੈ ਕੇ ਚੁੱਕ ਕਿੰਨੇ ਨੰਬਰ ਕੁਆਟਰ ਆ ਇਹਨਾਂ ਦਾ ਜਿਹੜੀ ਵਾਰਦਾਤ ਹੋਈ ਹੈ ਕਿੰਨੇ ਨੰਬਰ ਕੁਆਟਰ 70 70 70 ਅਤੇ ਉਹ ਐਵੇਂ ਸਾਲ ਤੋਂ ਇੱਥੇ ਰਹਿ ਰਹੇ ਸੀ ਸਾਲ ਹੋ ਗਿਆ ਭਾਜੀ ਤੇ ਇਕੱਲੇ ਮੀ ਬੇਟਾ ਤੇ ਮਾਂ ਰਹਿ ਰਹੇ ਸੀ ਮਾਂ ਪੁੱਤਰ ਰਹਿੰਦੇ ਇੱਥੇ ਹਾਂਜੀ ਤੇ ਮਾਰਿਆ ਕਿਸ ਚੀਜ਼ ਨਾਲ ਕੋਈ ਪਤਾ ਹੈਗਾ ਇੰਨਾ ਨਹੀਂ ਪਤਾ ਕਿਹੜੇ ਚੀਜ਼ ਨਾਲ ਮਾਰਿਆ ਪਰ ਖੂਨੋ ਖੂਨ ਹੀ ਤੇ ਵੇਖੇ ਜਦੋਂ ਖੂਨੋ ਖੂਨ ਹੋ ਗਏ ਪੁਲਿਸ ਕਿੰਨੇ ਵਜੇ ਆਈ ਪੁਲਿਸ 10 ਵਜੇ 11 ਵਜੇ ਨਾਲ ਆ ਗਈ ਸੀ ਤੇ ਹੁਣ ਜਿਹੜਾ ਬੇਟਾ ਉਹਨੂੰ ਕਿੱਥੇ ਲੈ ਗਏ ਨੇ ਜੀ ਉਹਨੂੰ ਤੇ ਹਸਪਤਾਲ ਲੈ ਗਏ ਰਾਤ ਦੇ ਹੀ ਲੈ ਗਏ ਤੇ ਉਹਦੇ ਵਿਚਾਰੀ ਪੂਰੀ ਹੋ ਗਈ ਕਹਿੰਦੇ ਜਾਂਦੇ ਹੀ ਠੀਕ ਪੁਨੀਤ ਸਿੰਘ ਜੀ ਪੁਨੀਤ ਜੀ ਕਿੱਥੇ ਰਹਿੰਦੇ ਹੋ ਅਸੀਂ ਦੁਖਨਵਾ ਸਾਹਿਬ ਕਿਹਦੇ ਕੁਆਟਰਾਂ ਹਾਂਜੀ ਜੀ ਕੀ ਮਾਮਲਾ ਕੀ ਹੋਇਆ ਰਾਤ ਨੂੰ ਮਾਮਲਾ ਇਹ ਹੋਇਆ ਕਿ ਇੱਕ ਬੰਦਾ ਕੋਈ ਇਹਨਾਂ ਦਾ ਪਿਆਰ ਦਾ ਸੰਬੰਧ ਹੋਣਾ ਜੀ ਸ਼ੁਰੂ ਤੋਂ ਹੀ ਤੇ ਉਹ ਬੰਦਾ ਆਇਆ ਤੇ ਉਹਨੇ ਰਾਤ ਨੂੰ ਆਣ ਕੇ ਇਹ ਕਾਂਡ ਕਰਤਾ ਕਿੰਨੇ ਵਜੇ ਦੀ ਗੱਲ ਹੋਈ ਹੈ ਇਹ 10 ਵਜੇ ਦੀ ਗੱਲ ਹੈ ਜੀ ਕੱਲਾ ਆਇਆ ਸੀ ਬੰਦਾ ਕੱਲਾ ਸੀ ਜੀ ਗੱਡੀ 'ਚ ਹਾਂਜੀ ਜੀ ਤੇ ਤੁਸੀਂ ਦੇਖਿਆ ਉਹਨੂੰ ਬੰਦੇ ਨੂੰ ਉੱਪਰ ਜਾਂਦੇ ਬੰਦੇ ਨੂੰ ਜਾਂਦੇ ਨੂੰ ਦੇਖਿਆ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਕੰਮ ਕਰਨ ਆਇਆ ਸਾਨੂੰ ਲੱਗਿਆ ਕਿੰਨਾ ਪਤਾ ਲੱਗਿਆ ਇਹ ਵਾਲਾ ਸਾਨੂੰ ਤਾਂ ਪਤਾ ਲੱਗਿਆ ਜਦੋਂ ਕਰਕੇ ਕੰਮ ਥੱਲੇ ਆ ਗਿਆ ਤਾਂ ਜੀ ਗੱਡੀ 'ਚ ਜਾ ਕੇ ਚੱਲ ਗਿਆ ਤਾਂ ਫਿਰ ਆਂਟੀ ਨੇ ਰੋਲਾ ਪਾਇਆ ਉੱਤੇ ਕੀ ਮਾਰ ਗਿਆ ਉਹਨਾਂ ਨੂੰ ਬਚਾਵੋ ਕਿੰਨੇ ਬੰਦੇ ਸੀ ਉੱਪਰ ਉੱਪਰ ਤਕਰੀਬਨ 2 ਤਾਂ ਉਹ ਥੇ ਤੇ 2 ਕਰ ਇੱਧਰ ਥੇ ਜਿਹੜੇ ਇੱਧਰ ਨਾਲ ਦੇ ਕੁਆਟਰ 'ਚ ਅੱਛਾ ਤੇ ਇਹਨਾਂ ਨੂੰ ਬਚਾਇਆ ਕਿਸੇ ਨੇ ਨਹੀਂ ਕੋਈ ਗੱਡੀ ਨੰਬਰ ਨੋਟ ਕੀਤਾ ਗੱਡੀ ਨੰਬਰ ਨੋਟ ਕਿਸੇ ਨੇ ਕੀਤਾ ਹੈ ਜੀ ਅੱਛਾ ਹਾਂਜੀ ਤੇ ਉਹਨਾਂ ਨੇ ਪੁਲਿਸ ਨੂੰ ਦੇ ਦਿੱਤਾ ਗੱਡੀ ਨੰਬਰ ਉਹ ਬੰਦਾ ਪਹਿਲਾਂ ਵੀ ਇੱਥੇ ਆਂਦਾ ਸੀ ਕੁਆਟਰਾਂ 'ਚ 1-2 ਵਾਰ ਆਇਆ ਸੀ ਮੇਰੇ ਘਰ ਤੇ ਕੀ ਲੱਗਦਾ ਰੰਜਿਸ਼ ਕੀ ਸੀ ਪਤਾ ਨਹੀਂ ਜੀ ਹੁਣ ਤੁਹਾਡਾ ਮਕਾਨ ਨੰਬਰ ਕਿੰਨਾ ਸਾਡਾ 72 ਤੇ ਪੁਲਿਸ ਕਿੰਨੇ ਵਜੇ ਆਈ ਰਾਤੀ ਪੁਲਿਸ 10:30-11 ਵਜੇ ਨਾਲ ਆਈ ਜੀ ਉਹ ਵੀ ਆਪ ਲਿਆਂਦੀ ਜੀ ਬੁਲਾ ਕੇ ਮਹਿਲਾ ਦੀ ਮੌਤ ਹੋ ਗਈ ਸੀ ਉਹ ਤਾਂ ਉੱਥੇ ਜਾ ਕੇ ਹੋਈ ਹਸਪੀਟਲ ਜਾ ਕੇ ਹੋਈ ਅੱਛਾ ਤੇ ਬੇਟੇ ਨੂੰ ਵੀ ਸੱਟ ਮਾਰੀ ਉਹਨੇ ਬੇਟੇ ਨੂੰ ਹਾਂਜੀ ਪੇਟ ਤੇ ਉਹਦੇ ਕੀ ਇੱਕ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੇ ਜਿਹੜੇ ਸਬੰਧ ਸੀਗੇ ਆਉਣ ਜਾਣ ਦੇ ਪਹਿਲਾਂ ਤੋਂ ਉਹ ਤਾਂ 1-2 ਵਾਰੀ ਇੱਥੇ ਵੀ ਆਏ ਤੇ ਜਿੱਥੇ ਉਹ ਡਿਊਟੀ ਕਰਦੇ ਉੱਥੇ ਵੀ ਆਏ ਸੀ 1 ਵਾਰੀ ਤਾਂ 1-2 ਵਾਰੀ ਜਿਹੜਾ ਇਹ ਮਰਡਰ ਹੋਇਆ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕੀ ਘਟਨਾ ਹੈ ਸਾਨੂੰ ਅਜੇ ਇਤਲਾਹ ਮਿਲੀ ਹੈ ਜੀ ਕਿ ਇੱਥੇ ਜਿਹੜੀ ਹੈਗੀਆਂ ਇਹ ਮਾੜੀ ਘਟਨਾ ਵਾਪਰੀ ਹੈ ਜੀ ਉਸ ਚੀਜ਼ ਦੀ ਅਸੀਂ ਪੜਤਾਲ ਕਰ ਰਹੇ ਹਾਂ ਅਤੇ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਮੁੱਢਲੀ ਜਾਣਕਾਰੀ 'ਚ ਪਤਾ ਲੱਗਿਆ ਵੀ ਕਾਰਨ ਕੀ ਰਿਹਾ ਇਸ ਨੇ ਹਜੇ ਇੱਕ ਬੰਦੇ ਦੇ ਸ਼ੱਕ ਜ਼ਾਹਰ ਕਰ ਰਹੇ ਨੇ ਜੀ ਜਿਹੜੀ ਗੱਲ ਆ ਸਾਹਮਣੇ ਆਈ ਹੈ ਅਤੇ ਬਾਕੀ ਉਹਨਾਂ ਨੇ ਦੱਸਿਆ ਵੀ ਹੈ ਕਿ ਕੋਈ ਇਹਨਾਂ ਦਾ ਜਾਣਕਾਰੀ ਸੀਗਾ ਬੰਦਾ ਜਿਸ ਦੇ ਦੁਆਰਾ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਉਹ ਸਾਰੀ ਅਸੀਂ ਇੱਕ ਵਾਰੀ ਬਿਆਨ ਲਿਖ ਲਈ ਵੈਰੀਫਾਈ ਕਰ ਲਈ ਸਾਰੀ ਚੀਜ਼ਾਂ ਉਸ ਤੋਂ ਬਾਅਦ ਕੁਆਟਰ 'ਤੇ ਕਿੰਨੇ ਬੰਦੇ ਰਹਿੰਦੇ ਸੀ ਇਸ ਦੇ ਵਿੱਚ ਤਾਂ ਬੇਟਾ ਅਤੇ ਇਹ ਆਪਣੀ ਲੇਡੀ ਰਹਿੰਦੇ ਸੀਗੇ ਦੋਨੋਂ ਹੀ ਸੀਰੀਅਸ ਨੇ ਇੱਕ ਦੀ ਡੈਥ ਹੋ ਗਈ ਇੱਕ ਸੀਰੀਅਸ ਹੋ ਗਈ ਕੁਝ ਪਤਾ ਲੱਗਿਆ ਸਰ ਕਿੰਨੇ ਵਜੇ ਦੀ ਵਾਰਦਾਤ ਹੋਈ ਹੈ ਇਹ ਰਾਤ ਨੂੰ 10 ਵਜੇ ਦੇ ਅਰਾਊਂਡ ਹੈ ਜੀ ਜੀ ਉਮਰ ਕਿੰਨੀ ਸੀ ਇਹਨਾਂ ਦੀ ਮਹਿਲਾ ਦੀ ਅਤੇ ਬੱਚੇ ਦੀ ਮਹਿਲਾ ਦੀ ਉਮਰ ਰਹੀ ਹੋਊਗੀ 45-50 ਦੇ ਕਰੀਬ ਅਤੇ ਲੜਕੇ ਦੀ ਉਮਰ 25 ਸਾਲ ਦੇ ਕਰੀਬ ਸਰ ਕੀ ਇਲਾਜ ਚੱਲ ਰਿਹਾ ਉਹ ਉਸਦਾ ਇਲਾਜ ਚੱਲ ਰਿਹਾ ਜੀ ਲੇਡੀਜ਼ ਦੀ ਡੈਥ ਹੋ ਗਈ ਸਰ ਲੇਡੀਜ਼ ਦੀ ਡੈਥ ਹੋਈ ਹੈ ਜੀ ਉਹ ਵੀ ਦੌਰਾਨੇ ਇਲਾਜ ਹੀ ਜਿਹੜਾ ਹੈਗਾ ਉਹ ਸੀਰੀਅਸ ਸੀਗੀ ਉਹਦਾ ਪਹਿਲਾਂ ਲੈ ਗਏ ਸੀਗੇ ਰਾਤ ਨੂੰ ਜਦੋਂ ਸਾਨੂੰ ਇਤਲਾਹ ਮਿਲੀ ਹੈ ਤਾਂ ਪੁਲਿਸ ਪਾਰਟੀ ਸਾਡੀ ਆ ਕੇ ਉਹ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਹੈਗਾ ਇਲਾਜ ਦੇ ਲਈ ਲੈ ਗਏ ਸੀਗੇ ਅਤੇ ਉੱਥੇ ਇਲਾਜ ਚੱਲ ਰਿਹਾ ਸੀ ਉਹਦੇ 1 ਦੀ ਡੈਥ ਹੋ ਗਈ ਦੂਸਰੇ ਦੀ ਇਲਾਜ ਚੱਲ ਰਿਹਾ ਸਰ ਕੁਝ ਪਤਾ ਲੱਗਿਆ ਕਿਹਦੇ ਨਾਲ ਵਾਰ ਕੀਤੀ ਕਲੀਅਰ ਕਰਕੇ ਤੁਹਾਨੂੰ ਸਾਰਾ ਕੁਝ ਦੱਸਾਂ ਠੀਕ ਥੈਂਕ ਯੂ ਰੰਜਿਸ਼ ਹੋਏਗੀ ਕੁਝ ਵੀ ਕਹਿਣਾ ਹਜੇ ਮੁਸ਼ਕਿਲ ਹੈ ਜੀ ਅਤੇ ਹਜੇ ਸਾਨੂੰ ਸਾਰਾ ਹੈਗਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਠੀਕ ਹੈ